ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੀਤਾ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਨੂੰ ਜੀ ਪ੍ਰੋਗਰਾਮ ਵਿੱਚ ਸਵਾਗਤ ਹੈ। ਅਸੀਂ ਉਸ ਸਮੇਂ ਦੀ ਗੱਲ ਜਦੋਂ ਕਰਦੇ ਹਾਂ, ਸੰਨ 1981 ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਾਲਾ ਇੱਕ ਚਿਹਰਾ ਸੀਗਾ, ਇਕਬਾਲ ਸਿੰਘ ਲਾਲਪੁਰਾ। ਕਾਫੀ ਉਸ ਵਕਤ ਚਰਚਾ ਦੇ ਵਿੱਚ ਸੀਗਾ, ਬੜਾ ਅਖਬਾਰਾਂ ਛਪਦਾ ਸੀ ਨਾਂ ਇਹਨਾਂ ਦਾ। 1981 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਾਲੇ ਇਕਬਾਲ ਸਿੰਘ ਲਾਲਪੁਰਾ ਜੋ ਹੁਣ ਭਾਜਪਾ ਦੇ ਵਿੱਚ ਨੇ, ਅਤੇ ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਵਿੱਚ ਉਹਨਾਂ ਨੂੰ ਥਾਂ ਮਿਲੀ ਹੈ। ਅਤੇ ਸਵੇਰੇ ਆਪਾਂ ਗੱਲ ਕੀਤੀ ਸੀ ਗਡਕਰੀ ਵਰਗੇ ਨਾਂ ਜਿਹੜੇ ਨੇ ਉਹ ਸਕਤੇ ਦੇ ਵਿੱਚ ਨੇ, ਪਰ ਇੱਥੇ ਲਾਲਪੁਰਾ ਸਾਹਿਬ ਦੀ ਜਿਹੜੀ ਇਹ ਸੰਸਦੀ ਬੋਰਡ ਦੇ ਵਿੱਚ ਥਾਂ ਮਿਲਣ ਨੂੰ ਤੁਸੀਂ ਕਿਸ ਸੰਦਰਭ 'ਚ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਪਹਿਲਾਂ ਇਹ ਭਾਜਪਾ ਵਿੱਚ ਸ਼ਾਮਿਲ ਲਾਲਪੁਰਾ ਸਾਹਿਬ ਹੋ ਗਏ ਸੀਗੇ, ਤੇ ਉਸ ਵੇਲੇ ਹੀ ਗੱਲ ਚਰਚਾ ਚੱਲ ਗਈ ਸੀ ਵੀ ਚਲੋ ਇਹ ਲਾਲਪੁਰਾ ਨੂੰ ਕੋਈ ਨਵੀਂ ਜ਼ਿੰਮੇਵਾਰੀ ਦੇਣੀ ਹੈ। ਇਹਨਾਂ ਨੇ IPS ਹੈਗੇ ਨੇ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਚਾਵਲਾ ਸਾਹਿਬ, ਤੇ ਉਸ ਵੇਲੇ ਤੁਹਾਨੂੰ ਪਤਾ ਕਿ 13 ਸਿੰਘ ਸ਼ਹੀਦ ਹੋ ਗਏ ਸੀਗੇ, ਸ਼ਾਂਤਮਈ ਉੱਥੇ ਪ੍ਰਦਰਸ਼ਨ ਕਰਨ ਜਾ ਰਹੇ ਸੀਗੇ। ਨਿਰੰਕਾਰੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧੀ ਕੋਈ ਕੀਤੇ ਸੀ, ਆਪਾਂ ਸਾਰਿਆਂ ਨੂੰ ਜਾਣਦੇ ਹਾਂ ਆਪਾਂ, ਤੇ ਉਸ ਸੰਦਰਭ ਦੇ ਵਿੱਚ ਇਹਨਾਂ ਨੇ ਕਾਫੀ ਪ੍ਰੋਟੈਸਟ ਕੀਤੇ, ਵਾਹਵਾ ਜ਼ੋਰ ਤਾਣ ਲਾਇਆ ਸੀਗਾ ਉਹਨਾਂ ਨੇ, ਕਾਫੀ ਵੱਡੇ ਪੱਧਰ ਸਰਕਾਰ ਨੂੰ ਭਾਜੜਾਂ ਪਾਈਆਂ ਸੀਗੀਆਂ। ਤੇ ਉਸ ਸੰਦਰਭ ਵਿੱਚ ਇਸ ਨੂੰ ਗ੍ਰਿਫਤਾਰ ਕਰਨ ਵਾਸਤੇ ਸਰਕਾਰ ਨੇ ਕਿਹਾ ਸੀ ਗ੍ਰਿਫਤਾਰ ਕਰੋ ਪਿੰਡਰਾਂ ਵਾਲਿਆਂ ਨੂੰ। ਤੇ ਹੋਇਆ ਇਹ ਕਿ ਗ੍ਰਿਫਤਾਰ ਉਹਨਾਂ ਨੂੰ ਕਰਨ, ਜਦੋਂ ਇਹ ਗੱਲ ਕੀਤੀ ਨਾ ਗ੍ਰਿਫਤਾਰ ਕਰਨ ਤੋਂ, ਪਿੰਡਰਾਂ ਵਾਲਿਆਂ ਨੇ ਇਹ ਕਿਹਾ ਸੀ ਕਿ ਜੇ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਹੈ ਨਾ ਦਰਬਾਰ ਸਾਹਿਬ ਚ ਕੋਈ ਗੱਲ ਅਸੀਂ ਕਰਨੀ ਹੈ ਤਾਂ ਕੋਈ ਸਿੱਖ IPS ਭੇਜੋ। ਤੇ ਉਹਨਾਂ ਨੇ ਸਿੱਖ IPS ਫਿਰ ਇਕਬਾਲ ਸਿੰਘ ਲਾਲਪੁਰਾ ਨੂੰ ਭੇਜਿਆ ਜੀ। ਤੁਹਾਨੂੰ ਸਰ ਇਸ ਗੱਲ ਦਾ ਪਤਾ ਹੀ ਹੈ ਮੇਰੇ ਖਿਆਲ 'ਚ, ਇਹ ਗੱਲ ਦਾ ਵੀ ਲਾਲਪੁਰਾ ਸਾਹਿਬ ਉੱਥੇ ਦੋ ਇੱਕ SDM ਵੀ ਸਿੱਖ ਸੀਗਾ, ਇੱਕ ਨਾਲ ਅਧਿਕਾਰੀ ਹੋਰ ਸੀਗਾ ਉਹ ਵੀ ਸਿੱਖ ਸੀਗਾ, ਤੇ ਉਹ ਤਿੰਨੇ ਬੰਦੇ ਗ੍ਰਿਫਤਾਰ ਕਰਨ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗਏ ਸੀਗੇ। ਤੇ ਇਹਨਾਂ ਨੂੰ ਹੁਣ ਸੰਸਦੀ ਬੋਰਡ ਦੇ ਵਿੱਚ ਥਾਂ ਮਿਲੀ ਆ। ਇੱਕੋ ਇੱਕ ਸਿੱਖ ਚਿਹਰਾ ਹੈਗਾ ਜਿਹੜਾ ਭਾਜਪਾ ਦੇ ਸੰਸਦੀ ਬੋਰਡ ਦੇ ਵਿੱਚ ਥਾਂ ਪ੍ਰਾਪਤ ਕਰਨ 'ਚ ਕਾਮਯਾਬ ਹੋਇਆ। ਬੜਾ ਵੱਡਾ ਇਹ ਬੜਾ ਵੱਡਾ ਬੋਰਡ ਹੁੰਦਾ, ਜਿਹੜੇ ਕਿ ਨਿਤਿਨ ਗਡਕਰੀ ਵਰਗੇ ਬੰਦੇ ਬਹੁਤ ਵੱਡੇ ਬੰਦੇ ਨੇ, ਜਿਹੜੇ ਕਿ ਅਜੇ ਤੱਕ ਉਹਨਾਂ ਨੂੰ ਥਾਂ ਇਸ ਨਹੀਂ ਮਿਲੀ, ਇੱਕ ਸਿੱਖ ਚਿਹਰਾ ਲਿਆ। ਮੈਂ ਕਿਹਾ ਮੋਦੀ ਜੀ ਸਿੱਖਾਂ ਨੂੰ ਕਾਫੀ ਆਪਣੇ ਨੇੜੇ ਰੱਖਣਾ ਚਾਹੁੰਦੇ ਆ, ਸਿੱਖਾਂ ਦੇ ਪ੍ਰਤੀ ਉਹਨਾਂ ਦਾ ਕਾਫੀ ਮੈਨੂੰ ਹੇਜ ਨਜ਼ਰ ਆ ਰਿਹਾ ਵੀ ਸਿੱਖ ਜਿਹੜਾ ਹੈਗਾ ਉਹ ਹਰ ਪੱਖੋਂ ਆਪਣੇ ਨਾਲ ਮੋਦੀ ਜੀ। ਅਸਲ 'ਚ ਜਿੱਦਾਂ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਪ੍ਰਤੀ ਮੋਦੀ ਜੀ ਵੱਲੋਂ ਕੀਤੇ ਹੋਏ ਕੰਮਾਂ ਨੂੰ ਪੰਜਾਬ ਦੇ ਸਿੱਖਾਂ ਕੋਲ ਈਮੇਲ ਰਾਹੀਂ ਭੇਜਿਆ ਗਿਆ, ਉਹ ਈਮੇਲ ਉਹਨਾਂ ਨੇ ਖਾਸ ਕਰਕੇ ਜਿਹੜੀਆਂ ਰੇਲਵੇ ਸਟੇਸ਼ਨ 'ਤੇ ਟਿਕਟਾਂ ਬੁੱਕ ਹੁੰਦੀਆਂ ਨੇ ਉੱਥੋਂ ਹਾਸਲ ਕੀਤੇ, ਮਤਲਬ ਕਿ ਹਜ਼ਾਰਾਂ ਲੱਖਾਂ ਈਮੇਲਾਂ ਮੇਲੇ 'ਤੇ ਭੇਜਿਆ ਗਿਆ ਮੋਦੀ ਜੀ ਦੇ ਸਿੱਖ ਸੰਦਰਭ ਵਿੱਚ ਕੀਤੇ ਹੋਏ ਕੰਮਾਂ ਬਾਰੇ। ਉਸ ਵਾਰ ਮੋਦੀ ਜੀ ਵੱਲੋਂ ਸਿੱਖ ਸੰਦਰਭ ਵਿੱਚ ਕੀਤੇ ਹੋਏ ਕੰਮਾਂ ਨੂੰ ਵੱਖ ਵੱਖ ਥਾਵਾਂ 'ਤੇ ਬੜਾ ਪ੍ਰਚਾਰਿਆ ਗਿਆ, ਅਤੇ ਹੁਣ ਲਾਲਪੁਰਾ ਨੂੰ ਉਸ ਵੱਡੀ ਜਿਹੜੀ ਸੰਸਦੀ ਕੇਂਦਰੀ ਬੋਰਡ ਦੇ ਵਿੱਚ ਥਾਂ ਮਿਲਣੀ, ਇਹ ਵੀ ਉਸ ਸੰਦਰਭ ਵਿੱਚ ਹੈਗਾ ਕਿ ਸਰ ਮੋਦੀ ਜੀ ਸਿੱਖਾਂ ਨੂੰ ਆਪਣੇ ਨੇੜੇ ਲਾ ਕੇ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਦੂਰ ਨਿਕਲਣਾ ਚਾਹੁੰਦੇ। ਮੇਰੇ ਖਿਆਲ ਸਿੱਖ ਹੀ ਹੈ ਜਿਹੜਾ ਹਰ ਇੱਕ ਵੱਡੇ ਤੋਂ ਵੱਡੇ ਕੰਮ ਨੂੰ ਰੋੜਾ ਅਟਕਾਉਣ ਦੇ ਵਿੱਚ, ਵੱਡੇ ਤੋਂ ਵੱਡੇ ਕੰਮ ਨੂੰ ਰੋਕਣ ਦੇ ਵਿੱਚ ਮੇਰੇ ਖਿਆਲ 'ਚ ਉਹਦੇ ਵਿੱਚ ਹੈਗਾ ਇੱਕ ਮਸਤ ਹੈਗਾ, ਸ਼ਾਇਦ ਉਹ ਜਾਣਦੇ ਹੋਣ ਮੋਦੀ ਜੀ। ਮੇਰੇ ਖਿਆਲ ਕਪੂਰਥਲਾ ਸੈਸ਼ਨ ਅਦਾਲਤ ਵਿੱਚ ਇੱਕ ਅਜਿਹਾ ਜੇਲ੍ਹ ਦੇ ਵਿੱਚ ਬੰਦ ਕੈਦੀ ਹੈ ਤਰਸੇਮ ਸਿੰਘ, ਜਦੋਂ ਉਹ ਸਾਹਮਣੇ ਆਇਆ ਤਾਂ ਉਸ 'ਤੇ ਜਿਹੜੀ ਤਸ਼ੱਦਦ ਕੀਤਾ ਗਿਆ ਹੈ ਉਹ ਇੰਤਹਾ ਦਿਖਾਉਂਦੀ ਹੈ। ਚਲੋ ਅੱਜ ਤਾਂ ਇਹ ਸੋਸ਼ਲ ਨੈਟਵਰਕ ਮੀਡੀਆ ਅਸੀਂ ਤੁਹਾਨੂੰ ਦਿਖਾ ਪਾ ਰਹੇ ਹਾਂ, ਅਤੇ ਭਲਿਆਂ ਵੇਲਿਆਂ ਦੇ ਵਿੱਚ ਜਦੋਂ ਇਹ ਜ਼ੁਲਮ ਕਰਦੇ ਸੀ, ਜਿਹਦੀ ਵਾਰ ਵਾਰ ਗੱਲ ਆਪਾਂ ਕਰਦੇ ਹਾਂ, ਕਈਆਂ ਨੂੰ ਚੁੱਭਦੀ ਵੀ ਹੋਣੀ ਆ, ਜਿਹੜੀ ਉਸ ਵਕਤ ਬੁੱਚੜ ਗਿਰਦੀ ਸੀ ਉਹ ਨਹੀਂ ਦਿਖਾਈ ਜਾ ਸਕੀ। ਹਾਂ ਫੋਟੋਆਂ ਕੁਝ ਹੈਗੀਆਂ ਨੇ, ਇੰਤਹਾ ਤਾਂ ਉਦੋਂ ਵੀ ਹੋ ਗਈ ਸੀ, ਜ਼ਾਲਮਾਨਾ ਤਰੀਕੇ ਦੇ ਨਾਲ ਇੱਕ ਪਿਓ ਦੇ ਸਾਹਮਣੇ ਧੀ ਨੂੰ ਨੰਗੀਆਂ ਕਰ ਦੇਣਾ ਅਤੇ ਮਾਂ ਦੇ ਸਾਹਮਣੇ ਪੁੱਤ ਨੂੰ, ਹੋਰ ਵੀ ਕਈ ਕੁਝ ਇਹਨਾਂ ਨੇ ਕੀਤਾ। ਕੁਵਰ ਦੀ ਪਹਿਲੀ ਵਾਰੀ ਤਾਰ ਤਾਰਨੀ ਹੋਈ। ਕਪੂਰਥਲਾ ਸੈਸ਼ਨ ਅਦਾਲਤ ਵਿੱਚ ਫਿਰੋਜ਼ਪੁਰ ਜੇਲ੍ਹ 'ਚ ਬੰਦ ਕੈਦੀ ਤਰਸੇਮ ਸਿੰਘ ਨੇ ਦਿਖਾਇਆ ਪੁਲਿਸ ਵਿੱਚ ਕੀਤਾ ਉਸ 'ਤੇ ਜ਼ੁਲਮ, ਅਦਾਲਤ ਵੀ ਰਹਿ ਗਈ ਦੰਗ। ਲਿਖਿਆ ਹੈ ਗੈਂਗਸਟਰ, ਕਿਸ ਤਰ੍ਹਾਂ ਲਿਖਿਆ ਹੋਵੇਗਾ, ਕੀ ਇਹ ਸੱਚਾ ਹੈ ਉਹਨਾਂ ਕੋਲ, ਜਾਂ ਉਸਨੂੰ ਫੜ ਕੇ ਜ਼ਬਰਦਸਤੀ ਕੋਈ ਚੀਜ਼ਾਂ ਗਰਮ ਕਰਕੇ ਉਹਦੇ
ਪਿੱਠ ਤੇ ਜਿਹੜੀਆਂ ਨੇ ਇਹ ਗੈਂਗਸਟਰ ਅੱਖਰ ਜਿਹੜਾ ਹੈ ਉਹ ਲਿਖਿਆ ਗਿਆ ਹੋਵੇਗਾ। ਕੀ ਕਹਿਣਾ ਚਾਹੋ? ਡਾਕਟਰ ਸੰਦੀਪ ਨੇ ਮੁੱਢਲੇ ਰੂਪ ਵਿੱਚ ਜਾਂਚ ਕੀਤੀ ਹੈ ਨਾ ਜੀ ਉਹਨਾਂ ਦੀ ਚੌੜਾ ਸਾਹਿਬ, ਉਹਦੇ ਵਿੱਚ ਗੱਲ ਸਪਸ਼ਟ ਆਈ ਹੈ ਹਾਂ ਰਾੜਾਂ ਦੇ ਨਾਲ ਹੀ ਇਹਨਾਂ ਦੇ ਉੱਤੇ ਅਟੈਕ ਕੀਤਾ, ਉਹ ਜਿਹੜਾ ਸੋਰੀ ਰਾੜ ਦੇ ਨਾਲ ਹੀ ਇਹਦੇ ਪਿੱਠ ਪਿੱਛੇ ਲਿਖਿਆ ਹੋਇਆ ਹੈ ਕੁਛ ਕਦਾੜ ਗਰਮ ਕਰਕੇ, ਜਿਹੜਾ ਜੋ ਵੀ ਗੈਂਗਸਟਰਵਾਦ ਜੋ ਵੀ ਲਿਖਿਆ ਉਹਨਾਂ ਨੇ, ਤੇ ਡਾਕਟਰ ਸੰਦੀਪ ਨੇ ਪੁਸ਼ਟੀ ਕੀਤੀ ਆ। ਹੈਰਾਨੀ ਦੀ ਗੱਲ ਹੈ ਚਾਵਲਾ ਸਾਹਿਬ ਕਿ ਜਿਹੜਾ ਬੰਦਾ ਨਾ ਇਹ ਭੰਨ ਕੇ ਚਲੋ ਤੇ ਕੇਸ ਦਰਜ ਹੈਗੇ ਆ ਕਈ, ਇਸ ਜਿਹੜਾ ਵਿਅਕਤੀ ਇਸ ਤੇ ਕੇਸ ਦਰਜ ਤਾਂ ਖੈਰ ਕਈ ਹੈਗੇ ਆ ਹਰਸੇਮ ਸਿੰਘ ਦੇ ਵੱਖ ਵੱਖ ਥਾਣਿਆਂ ਦੇ ਵਿੱਚ, ਪਰ ਉਹ ਉੱਥੇ ਨਾ ਕਪੂਰਥਲਾ ਸੈਸ਼ਨ ਅਦਾਲਤ ਵਿੱਚ ਇਹਨੂੰ ਪੇਸ਼ ਕਰਨ ਵਾਸਤੇ ਰਿਹਾ ਜੀ, ਫਿਰੋਜ਼ਪੁਰ ਜੇਲ੍ਹ 'ਚ ਬੰਦ ਹੈਗਾ ਹੈ, ਇੱਕ ਕੋਈ ਮਾਮਲਾ ਹੈਗਾ ਉਸ ਦੇ ਬੰਦ ਵਿੱਚ ਹੈ, ਉੱਥੇ ਉਸ ਤਹਿਤ ਉਹਨਾਂ ਨੇ ਅੱਗੇ ਵੀ ਪੁੱਛਗਿੱਛ ਕਰਨ ਵਾਸਤੇ ਅਦਾਲਤ ਤੋਂ ਰਿਮਾਂਡ ਲੈਣਾ ਸੀਗਾ ਤਰਸੇਮ ਸਿੰਘ ਦਾ, ਤੇ ਉਹ ਅਦਾਲਤ ਕੋਲ ਜਦੋਂ ਹੀ ਗਏ ਜਾ ਕੇ ਤੇ ਉਸ ਬੰਦਾ ਇੱਕ ਤਾਂ ਫੁੱਟ ਕੇ ਰੋਣ ਲੱਗ ਪਿਆ ਤਰਸੇਮ ਸਿੰਘ, ਤੇ ਨਾਲ ਹੀ ਉਹਨੇ ਆਪਣੀ ਪਿੱਠ ਤੇ ਉੱਪਰੋਂ ਕਮੀਜ਼ ਚੁੱਕਤਾ ਤੇ ਪਿੱਠ ਤੇ ਲਿਖਿਆ ਸੀ ਗੈਂਗਸਟਰ। ਜੱਜ ਵੀ ਦੰਗ ਰਹਿ ਗਿਆ ਤੇ ਸਾਰੇ ਉੱਥੇ ਮੌਕੇ ਦੰਗ ਰਹਿ ਗਏ, ਆਹ ਮੇਰੇ ਨਾਲ ਪੁਲਿਸ ਨੇ ਕੀਤਾ, ਆਹ ਮੇਰੇ ਨਾਲ ਇਹ ਲਿਖਿਆ ਮੇਰੇ ਪਿੱਠ ਦੇ ਉੱਪਰ, ਤੇ ਬੜੀ ਜ਼ਾਲਮੀਅਤ ਕਾਰਵਾਈ ਆ ਚਾਵਲਾ ਸਾਹਿਬ, ਕਿਸੇ ਦੀ ਅੱਗ ਨਾਲ ਜਿਵੇਂ ਡਾਕਟਰ ਸੰਦੀਪ ਕਹਿੰਦੇ ਆ ਅੱਗ ਦੀ ਗਰਮ ਕੀਤੀ ਹੋਈ ਰਾੜ ਨਾਲ ਕਿਸੇ ਦੇ ਸਰੀਰ ਦੇ ਉੱਪਰ ਉਹਨੂੰ 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 ਮਰ ਕੇ ਇੱਕ ਤਰ੍ਹਾਂ ਦਾ ਸਰੀਰ ਦੇ ਉੱਪਰ ਕਿਵੇਂ ਕਿਵੇਂ ਮੱਚਿਆ ਹੋਏਗਾ ਸਰੀਰ ਬੰਦੇ ਦਾ, ਉਹ ਜਿਵੇਂ ਗੈਂਗਸਟਰ ਲਿਖਿਆ ਕਿੱਦਾਂ ਉਹਦਾ ਸਰੀਰ ਦੇ ਉੱਪਰ ਇਹੋ ਜਿਹਾ ਕੰਮ ਹੋਏਗਾ ਕਿ ਕਿੱਦੀ ਚੀਕਾਂ ਮਾਰੇ ਮਾਰਦਾ ਹੋਣਾ ਬੰਦਾ, ਕਿੱਦੀ ਉਹਦੀ ਹਾਲਾਤ ਹੋਣੀ ਆ। ਇਹ ਨਿਰਦਈ ਲੋਕ ਪੰਜਾਬ ਪੁਲਿਸ ਵਿੱਚ ਜੇ ਆ ਗਏ ਆ ਤਾਂ ਮਾਨ ਸਰਕਾਰ ਨੂੰ ਇਹਨਾਂ ਪ੍ਰਤੀ ਰਿਵਿਊ ਕਰਨਾ ਚਾਹੀਦਾ। ਮੈਂ ਪਹਿਲਾਂ ਕਿਹਾ ਸੀਗਾ ਕਿ ਮਾਨ ਸਾਹਿਬ ਪੁਲਿਸ ਵਾਲਿਆਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਘੱਟ ਤੋਂ ਘੱਟ ਕਲਾਸ ਲਿਆ ਕਰਨ ਮਹੀਨੇ ਵਿੱਚ ਇੱਕ ਵਾਰੀ, ਉਹਨਾਂ ਨੂੰ ਆਪਣੇ ਗੁਰ ਦੱਸਿਆ ਕਰਨ ਪੁਰਾਣੇ ਜਿਹੜੇ ਉਹਨਾਂ ਨੇ ਉਹ ਸਹਿਰ ਮਾਰ ਦਿੰਦੇ ਸੀ ਅਧਿਕਾਰੀਆਂ ਦੇ ਉੱਤੇ ਆਪਣੇ ਆਪਣੀਆਂ ਜਿਹੜੀਆਂ ਉਹ ਸਕਿੱਟਾਂ ਦੇ ਵਿੱਚ ਆਪਣੇ ਰਿੰਡਾਂ ਵਿੱਚ ਆਪਣੇ ਕੈਸਟਾਂ ਵਿੱਚ ਉਹ ਸਹਿਰ ਮਾਰ ਰਹੇ ਸੀ, ਉਹਨਾਂ ਉਹ ਸਿਸਟਮ ਇਹਨਾਂ ਨੂੰ ਸਿਖਾਉਣ ਮਰ ਜਾ ਕੇ ਤਾਂ ਕਿ ਪਤਾ ਲੱਗੇ ਵੀ ਯਾਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ। ਜੀ ਵੋਇਸ ਆਫ ਸਿਟੀ 1320 ਐਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਟੁੱਟ ਕੇ ਤਾਂ ਸੁਣਾਉਂਦੇ ਹੁੰਦੇ ਸੀ ਭਗਵੰਤ ਮਾਨ, ਪਰੰਤੂ ਹੁਣ ਆਹ ਦੇਖ ਕੇ ਉਹਨਾਂ ਦੀਆਂ ਦਿਲ ਪਸੀਚਦਾ, ਜਾਂ ਫਿਰ ਉਹ ਹਿਮਾਚਲ ਦੇ ਦੌਰੇ 'ਤੇ ਜਾਂ ਫਿਰ ਉਹ ਤੋਂ ਬਾਅਦ ਗੁਜਰਾਤ ਦੇ ਦੌਰੇ 'ਤੇ ਆਪਣੀ ਪਾਰਟੀ ਨੂੰ ਨੈਸ਼ਨਲ ਪਾਰਟੀ ਕਿਉਂਕਿ ਥੋੜ੍ਹੀ ਜਿਹੀ ਦੂਰੀ 'ਤੇ ਬਣਾਉਣ ਦੇ ਵਿੱਚ ਰੁੱਝੇ ਰਹਿੰਦੇ ਨੇ, ਅਤੇ ਸਰਮਾਇਆ ਪੰਜਾਬ ਦਾ ਉੱਡਣ ਖਟੋਲਿਆਂ ਰਾਹੀਂ ਅੜਾਉਂਦੇ ਨੇ, ਇਹ ਤਾਂ ਸਮੇਂ ਦੀ ਬੁੱਕਲ ਦੇ ਵਿੱਚ ਹੈ। ਦੇਖਦੇ ਹਾਂ ਉਹਨਾਂ ਦਾ ਕੋਈ ਬਿਆਨ ਆਉਂਦਾ, ਕੋਈ ਖਿੱਚ ਪਾਉਂਦੇ ਜਾਂ ਨਹੀਂ ਪਾਉਂਦੇ। ਅੱਛਾ, ਕੱਟੜਤਾ ਸਾਰੇ ਥਾਂ 'ਤੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਕੱਟੜਤਾ ਕਿਤੇ ਨਾ ਕਿਤੇ ਪਨਪਦੀ ਹੈ। ਸਾਡੇ ਇੱਥੇ ਗੁਰਦੁਆਰਾ ਅਮਰੀਕਾ ਹੀ ਤੁਸੀਂ ਦੇਖਿਆ ਕਿੱਦਾਂ, ਹਾਂਜੀ, ਗੁਰਦੁਆਰੇ 'ਤੇ ਹਮਲਾ ਹੋਇਆ। ਤੁਸੀਂ ਬਾਕੀ ਕੰਟਰੀਆਂ ਦੇ ਵਿੱਚ ਵੀ ਵੇਖਦੇ ਹੋ, ਇੱਥੇ ਵੀ ਹੋਇਆ ਕਈਆਂ ਥਾਵਾਂ ਦੇ ਉੱਤੇ, ਹਰ ਥਾਂ 'ਤੇ ਕੱਟੜਤਾ ਕਿਤੇ ਨਾ ਕਿਤੇ ਜਿਹੜੀ ਹੈ ਉਹ ਪਨਪਦੀ ਹੈ। ਪਰ ਪਹਿਲੇ ਮਿਸਾਈਲ ਮੈਨ ਮੰਨੇ ਜਾਂਦੇ ਨੇ, ਜੇਕਰ ਆਪਾਂ ਪਰੀਏ 18 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ਾਂ ਦੇ ਦੰਦ ਖੱਟੇ ਕਰਾਉਣ ਵਾਲੇ, ਉਹਨਾਂ ਨੂੰ ਹਰਾਉਣ ਵਾਲੇ ਟੀਪੂ ਸੁਲਤਾਨ, ਹਾਂਜੀ, ਪੜ੍ਹਦੇ ਹੁੰਦੇ ਸਾਂ ਆਪਾਂ ਉਹਨਾਂ ਦੀ ਸਟੋਰੀ, ਉਹਨਾਂ ਦੀ ਵੀ ਵਿਰੋਧਤਾ ਹੋ ਰਹੀ ਹੈ। ਕਿੱਥੋਂ ਤੱਕ ਕੱਟੜਤਾ ਕਿੱਥੋਂ ਤੱਕ ਜਾਊਗੀ? ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਹਿਸਟਰੀ ਦਾ ਹੀ ਨਹੀਂ ਪਤਾ, ਉਹ ਵੀ ਤੁਰ ਪੈਂਦੇ ਨੇ ਚੱਕ ਕੇ, ਡੰਡੇ ਨਾਲ ਤੁਰ ਪੈਂਦੇ ਨੇ, ਆਪ ਚਲੀ ਗਏ, ਹੈ ਨਾ। ਕੀ ਕਹਿਣਾ ਚਾਹੋਗੇ? ਕਰਨਾਟਕ ਦੇ ਵਿੱਚ ਨਾ ਚਾਵਲਾ ਸਾਹਿਬ ਦੋ ਪੱਖ ਸੀਗੇ, ਉੱਥੇ ਨਾ ਇਹਦੇ ਟੀਪੂ ਸੁਲਤਾਨ ਪ੍ਰਤੀ ਕੋਈ ਮਾਰਚ ਹੋ ਰਿਹਾ ਸੀ, ਦੂਜੇ ਪਾਸੇ ਇੱਕ ਹੋਰ ਪੱਖ ਆ ਗਿਆ, ਦੋਵੇਂ ਪੱਖ ਹਿੰਦੂ ਸੀਗੇ ਤੇ ਦੋਵੇਂ ਪੱਖਾਂ ਦੇ ਵੱਲੋਂ ਵਿਰੋਧਤਾ ਹੋ ਗਈ, ਉੱਥੇ ਦੰਗੇ ਹੋਣ ਦੀ ਗੱਲ ਹੋ ਗਈ ਆਪਸ ਵਿੱਚ, ਟੀਪੂ ਸੁਲਤਾਨ ਤੁਸੀਂ ਕਿਉਂ ਕਰਦੇ ਹੋ ਗੱਲ ਅੱਗੇ, ਟੀਪੂ ਸੁਲਤਾਨ ਦੀ ਤੁਸੀਂ ਕਿਉਂ ਚਰਚਾ ਕਰਦੇ ਹੋ, ਇਹ ਤਾਂ ਮੁਸਲਮਾਨ ਸਾਧਕ ਸੀਗਾ, ਇਹ ਤਾਂ ਬੰਦਾ ਭਾਰਤ ਦੇ ਵਿਰੁੱਧ ਸੀਗਾ, ਘੱਟ ਗਿਣਤੀਆਂ ਵਿਰੁੱਧ ਸੀਗਾ, ਕਿਉਂ ਕਰਦੇ ਹੋ? ਉੱਥੇ ਰੌਲਾ ਪੈ ਗਿਆ ਤੇ ਕਰਨਾਟਕ ਸਰਕਾਰ ਨੂੰ ਦਫਾ 144 ਲਾਉਣੀ ਪਈ ਆਪਣੇ ਰਾਜ ਦੇ ਵਿੱਚ, ਕਿਉਂਕਿ ਟੀਪੂ ਸੁਲਤਾਨ ਪ੍ਰਤੀ ਕਾਫੀ ਵਿਰੋਧਤਾ ਹੋ ਗਈ ਸੀ। ਟੀਪੂ ਸੁਲਤਾਨ ਭਾਰਤ ਦਾ ਬਹੁਤ ਵੱਡਾ ਚਿਹਰਾ ਹੈਗਾ, ਮਤਲਬ ਇਹ ਨਹੀਂ ਕਿ ਜੇ ਮੁਸਲਮਾਨ ਹੋ ਗਿਆ ਤਾਂ ਗਲਤ ਹੀ ਹੁੰਦਾ, ਉਸਮਾਨ ਨੂੰ ਵੀ ਇਹ ਗਲਤ ਨਹੀਂ ਕਹਿ ਸਕਦੇ, ਜਿਹਨੇ ਕਿ 5 ਟਨ ਸੋਨਾ ਦਾਨ ਕੀਤਾ ਸੀਗਾ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ, ਉਹਨੂੰ ਵੀ ਆਪਣਾ ਗਲਤ ਨਹੀਂ ਕਹਿ ਸਕਦੇ, ਪਰ ਇਹ ਉਹਦਾ ਨਾਂ ਨਹੀਂ ਲੈਣਗੇ ਕਿਉਂਕਿ ਇਹਨਾਂ ਨੂੰ ਦੁੱਖ ਲੱਗਦਾ ਵੀ ਯਾਰ ਇਹ ਏਦਾਂ ਮੁਸਲਮਾਨ ਕਿਵੇਂ ਕਰ ਸਕਦੇ ਆ, ਮੁਸਲਮਾਨ ਤਾਂ ਗਲਤੀ ਕਰ ਸਕਦੇ। ਤੇ ਹੁਣ ਇਹ ਬੰਦਾ 18 ਸਾਲ ਦੀ ਉਮਰ 'ਚ ਜਨਰਲ ਪਹਿਲੇ ਮਿਸਾਈਲ ਮੈਨ ਸੀਗੇ, ਤੇ ਇਸ ਨੇ ਅੰਗਰੇਜ਼ਾਂ ਨੂੰ ਆਪਣੇ ਇਸ ਤਰੀਕੇ ਨਾਲ ਆਪਣੇ ਕਬਜ਼ੇ 'ਚ ਕੀਤਾ ਕਿ ਇਹਨਾਂ ਨੂੰ ਕਈ ਗੱਲਾਂ ਸਾਂਝੀਆਂ ਕਰਨੀਆਂ ਪੈਂਦੀਆਂ ਟਿੱਪੂ ਸੁਲਤਾਨ ਦੇ ਨਾਲ ਸਾਹਿਬ, ਤੇ ਇਸ ਬੰਦੇ ਦੀ ਅੱਜ ਅੱਛਾ ਆਰ ਐਸ ਐਸ ਨੇ ਇਹਦੀ ਸ਼ਲਾਘਾ ਕੀਤੀ ਪਹਿਲਾਂ, ਆਰ ਐਸ ਐਸ ਨੇ ਇਹਦੀ ਆਜ਼ਾਦੀ ਵੇਲੇ, ਆਜ਼ਾਦੀ ਤੋਂ ਨੇੜੇ ਤੇੜੇ ਜਦੋਂ ਇਹ ਹੈਗੇ ਸੀ ਮੌਕੇ ਤੇ,
उस वेले शलाघा भी की आर एस एस ने कि टीपू सुल्तान बहुत वड्डे काम कर रहा। अज उ आर एस एस के बंदे वखो वखरिया संस्थावां बना के टीपू सुल्तान खंडित कर लगे हुए भारत में कि टीपू सुल्तान साडा हीरो नहीं हो सकता। चलो हीरो ना बनो यार, एक बंदा वड्डा सीगा, एक बंदा जर्दी घाटिया सीगा, तुसीं ओ उस बंदे नूं इदां तुसीं थोड़ा कर सकदे हो। पर नहीं, असी जो असी कहांगे उही चलेगा। हुण तुसीं एक रंग ने गल समझो चाहो साहब, भारत में वो गल यह है कि इन्हां कुछ हिंदू तबा जथेबंदियां ने सोच लिया भी भारत दे विच जिहड़े बंदे भाजपा दे जिहड़े फिल्मी एक्टर भाजपा दे खेमे च हैगे आ उन्हां दी फिल्मां दे बरोतरे करांगे आपां, जिहड़ा भाजपा दे खेमे तों बाहर आ उन्हां दी फिल्म चलणी देणी आपां। जी 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 हुण इही गल कीती लाफत जड्डा बारे, इही गल ब्रह्मस्त्र बारे, ब्रह्मस्त्र दी रणवीर सिंह दी ओह रिलीज हैगी आ फिल्म कपूर दी, उहदे बारे भी इही गल आखी जाए नहीं चलण देवांगे असीं इहनूं। ਉਹੀ ਗੱਲ ਕੁਝ ਫਿਲਮਾਂ ਹੋਰ ਆ ਰਹੇ ਨੇ, ਕਈ ਫਿਲਮ ਆ ਰਹੇ ਨੇ, ਨਹੀਂ ਚੱਲਣ ਦੇਵਾਂਗੇ ਅਸੀਂ। ਬਲਕਿ ਫਿਲਮ ਇੰਡਸਟਰੀ ਨੂੰ ਖਤਮ ਕਰਨਾ ਚਾਹੁੰਦੇ ਨੇ ਹੁਣ ਇਹ ਬੰਦੇ ਕਿ ਫਿਲਮ ਇੰਡਸਟਰੀ ਖਤਮ ਹੋ ਜਾਵੇ। ਕੁਝ ਕੁ ਬੰਦੇ ਕਿ ਜਿਹੜੇ ਇਹਨਾਂ ਦੇ ਬੰਦੇ ਆ ਉਹ ਫਿਲਮਾਂ ਦੇ ਵਿੱਚ ਬਹੁਤ ਵੱਡੇ ਤੱਤ ਦਿਖਾਉਣ 'ਚ ਕਾਮਯਾਬ ਨਹੀਂ ਹੋ ਰਹੇ, ਉਹ ਇਹ ਕਹਿ ਦਿੰਦੇ ਆ ਕੰਗਣਾ ਵਰਗੇ ਕਹਿੰਦੇ ਸਾਊਥ 'ਚੋਂ ਫਿਲਮ ਬਣ ਕੇ ਵਧੀਆ ਆ ਰਹੇ ਨੇ ਜੀ, ਇਸ ਕਰਕੇ ਸਾਊਥ ਦੀਆਂ ਫਿਲਮਾਂ ਵਧੀਆ ਹੁੰਦੀਆਂ, ਸਾਡਾ ਅਸੀਂ ਕੰਮ ਕਰ ਨਹੀਂ ਪਾ ਰਹੇ ਵਧੀਆ। ਬਲਕਿ ਆਪਣੀ ਹਿੰਦੀ ਫਿਲਮ ਇੰਡਸਟਰੀ ਨੂੰ ਖਤਮ ਕਰਨ ਲੱਗੇ ਹੋਏ ਨੇ ਖੁਦ। ਇੰਡਸਟਰੀ ਖਤਮ ਹੋ ਗਈ ਆ ਜੀ, ਇੰਡਸਟਰੀ ਹਿੰਦੀ ਹਿੰਦੀ ਜਿਹੜੀ ਆ ਬਾਲੀਵੁੱਡ ਜਿਹੜਾ ਆਲਮੋਸਟ ਉਹਦੇ ਕਿਨਾਰੇ ਟਹਿ ਚੁੱਕੇ ਨੇ। ਸਾਊਥ ਦੀਆਂ ਫਿਲਮਾਂ ਤੁਸੀਂ ਦੇਖੋ ਠੀਕ ਹੈ, ਉਹ ਚੱਲ ਰਹੀਆਂ ਨੇ, ਉਹਨੂੰ ਇਹਨਾਂ ਨੇ ਢਾਹ ਨਹੀਂ ਲਾ ਸਕਣੀ ਕਿਉਂਕਿ ਉਹ ਉੱਥੋਂ ਦੀ ਉਹਨਾਂ ਦੇ ਚਾਹੁਣ ਵਾਲੇ ਜਿਹੜੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ, ਉਹਨਾਂ ਦਾ ਇੱਕ ਆਪਣਾ ਐਰਾ ਹੈ, ਦਾਇਰਾ ਹੈ ਉਹਨਾਂ ਦਾ। ਔਰ ਉਹ ਫਿਲਮਾਂ ਵੀ ਜਿਹੜੀਆਂ ਨੇ ਕਾਮਯਾਬ ਹੋ ਰਹੀਆਂ ਨੇ, ਪਰ ਬਾਲੀਵੁੱਡ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਹਰ ਫਿਲਮ ਦੀ ਵਿਰੋਧਤਾ ਬਿਨਾਂ ਵਜ੍ਹਾ ਤੋਂ ਵਿਰੋਧਤਾ ਕਰਨੀ, ਹਾਂਜੀ ਆਪ ਜੋ ਮਰਜ਼ੀ ਜਿਸ ਤਰ੍ਹਾਂ ਦੇ ਮਰਜ਼ੀ ਬਿਆਨ ਦਾਗੀ ਜਾਣ, ਉਹਨਾਂ ਦੀ ਕੋਈ ਪੈਰਵਾਈ ਨਹੀਂ, ਕੋਈ ਪੁੱਛਗਿੱਛ ਨਹੀਂ। ਹਾਂਜੀ ਅਤੇ ਜੇ ਉਹਨਾਂ ਦੇ ਮੂੰਹ 'ਚੋਂ ਨਿਕਲੀ ਗਿਆ ਕਿ ਇਸ ਤਰ੍ਹਾਂ ਦੇ ਕੋਈ ਲਫ਼ਜ਼ ਮਤਲਬ ਸਹਿਮ ਦੇ ਵਿੱਚ ਨਿਕਲ ਜਾਂਦੇ ਨੇ ਬੰਦੇ ਦੇ ਕੋਲੋਂ, ਹਾਂਜੀ ਨਿਕਲ ਜਾਂਦੇ ਨੇ ਬੰਦੇ ਦੇ ਕੋਲੋਂ, ਅਤੇ ਪਰ ਉਹਦੀ ਰੱਟ ਕੇ ਇੰਨਾ ਵਿਰੋਧਤਾ ਕਰਨੀ ਹੈ ਕਿਸੇ ਮਤਲਬ ਦੂਰ ਅੰਦੇਸ਼ੀ ਦੀ ਗੱਲ ਆ, ਸਮਝਣ ਤੋਂ ਬਾਹਰ ਹੈ। ਪੜ੍ਹ ਰਿਹਾ ਸੀ ਖਬਰ, ਜੈਰਾਮ ਅਪਾਨੀ ਹੈ, ਉਹਨਾਂ ਨੇ ਰਾਮਦੇਵ ਜੋ ਕਾਰਪੋਰੇਟ ਜਗਤ ਦਾ ਮਹਾਰਥੀ ਮੰਨਿਆ ਜਾਂਦਾ, ਜੋਗੇ ਵਾਲਾ ਰਾਮਦੇਵ, ਬਾਬਾ ਵੀ ਕਹਿੰਦੇ ਇਹਨੂੰ, ਉਹਨੂੰ ਫਟਕਾਰ ਲਾਈ ਹੈ, ਮਨ ਮਰਜ਼ੀ ਨਹੀਂ ਚੱਲੇਗੀ, ਕੀ ਹੈ ਮਾਮਲਾ? ਕਾਰਪੋਰੇਟ ਬਾਬਾ, ਅਸਲ ਵਿੱਚ ਚਾਲਾ ਸਾਹਿਬ ਨਾ ਇਹਨੇ ਬਾਬਾ ਰਾਮਦੇਵ ਨੇ, ਕਾਰਪੋਰੇਟ ਬਾਬਾ ਜੀ ਨੇ ਜੋ ਬਾਈਡਨ ਨੇ ਲਈ ਸੀਗੀ ਵੈਕਸੀਨ ਕੋਰੋਨਾ ਦੀ, ਜੋ ਬਾਈਡਨ ਨੂੰ ਕੋਰੋਨਾ ਫਿਰ ਹੋ ਗਿਆ ਸੀਗਾ, ਤੇ ਵੈਕਸੀਨ ਲੈਣ ਤੋਂ ਬਾਅਦ ਵੀ ਕੋਰੋਨਾ ਬੰਦੇ ਨੂੰ ਹੋ ਸਕਦਾ, ਪਰ ਉਹਦੀ ਕੋਈ ਅਟੈਕ ਨਹੀਂ ਹੁੰਦੇ, ਵੈਕਸੀਨ ਲੈਣ ਤੋਂ ਬਾਅਦ ਵੀ ਕੋਰੋਨਾ ਹੋ ਸਕਦਾ, ਕੋਈ ਦਿੱਕਤ ਦੀ ਗੱਲ ਨਹੀਂ ਹੈ, ਪਰ ਉਹਦੇ ਤੋਂ ਕੋਰੋਨਾ ਬੰਦੇ ਵੀ ਹੋ ਚੁੱਕਿਆ, ਮੇਰੇ ਪਰਿਵਾਰ ਨੂੰ ਸਾਰਿਆਂ ਨੂੰ ਹੋ ਚੁੱਕਿਆ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ। ਮਿੰਟ ਮੈਂ ਹੋਲਡ ਕਰਦਾ ਤੁਹਾਨੂੰ ਇੱਕ ਸੈਕਿੰਡ ਲਈ, ਜਿੱਦਣ ਇਹ ਸ਼ੁਰੂ ਹੋਇਆ ਨਾ, ਜਦੋਂ ਦਹਿਸ਼ਤ ਸੀ ਇਹਦੀ, ਐਨ ਬਾਹਰ ਜਾਨਵਰ ਨਿਕਲ ਆਏ ਸੀ, ਹੈ ਨਾ, ਸੜਕਾਂ ਸਾਡੇ ਵੀ ਇੱਥੇ ਆ ਗਏ ਸੀ, ਸੜਕ ਸਾਡੇ ਘਰੇ ਤੁਰੇ ਫਿਰਦੇ ਸੀਗੇ ਬੈਕਯਾਰਡ ਦੇ ਵਿੱਚ, ਹੈ ਨਾ, ਤੇ ਕਈ ਰਵੀਨ ਲੋਟਾਂ 'ਚ ਰਹਿੰਦੇ, ਉਹਨਾਂ ਦੇ ਤਾਂ ਮਤਲਬ ਫੋਟੋਆਂ ਖਿੱਚ ਖਿੱਚ ਕੇ ਬੜੀਆਂ ਪਾਈਆਂ ਸੀ ਵੀ ਕਿੱਥੇ ਗਿਆ ਇਨਸਾਨ, ਕਿੱਥੇ ਚਲ ਗਿਆ, ਇੰਨਾ ਖੜਕਾ ਦੜਕਾ, ਹਜ਼ਾਰਾਂ ਕਾਰਾਂ ਗੱਡੀਆਂ ਲੰਘਦੀਆਂ, ਪੀ ਪਾਂ ਟੀ ਟਾਂ ਸ਼ੋਰ ਸ਼ਰਾਬਾ, ਕਿੱਥੇ ਗਿਆ ਉਹ? ਲੱਭਣ ਆ ਗਿਆ ਜੰਗਲਾਂ ਦੇ ਵਿੱਚੋਂ ਕਿ ਇਨਸਾਨ ਹੈਗਾ ਵੀ ਆ। ਜੱਗੀ ਗੁੱਸਾ ਹੋਣਾ ਲਿਖਿਆ ਸੀਗਾ, ਹਾਂਜੀ ਇੱਕ ਬੰਦਾ ਹੁੰਦਾ ਸੀ, ਮੈਂ ਸੁਣਾਇਆ ਸੀਗਾ ਟੀਵੀ ਰੇਡੀਓ 'ਤੇ, ਕਿਤੇ ਟੀਵੀ 'ਤੇ ਵੀ ਸੁਣਾਵਾਂਗੇ, ਮਤਲਬ ਆਪਣੇ ਅੰਦਾਜ਼ ਦੇ ਨਾਲ, ਇੱਕ ਬੰਦਾ ਹੁੰਦਾ ਸੀ ਜੰਗਲ ਦੇ ਵਿੱਚ, ਸ਼ੇਰ ਮਤਲਬ ਸਾਰੇ ਜੰਗਲਾਂ ਦੇ ਜੰਗਲ ਦੇ ਇਕੱਠੇ ਜਾਨਵਰ ਕਰਕੇ ਉਹਨਾਂ ਨੂੰ ਸਟੋਰੀ ਸੁਣਾਉਂਦਾ, ਇੱਕ ਬੰਦਾ ਵੀ ਹੁੰਦਾ ਸੀ ਵੀ ਇੰਨੀ ਬੜੀ ਭਿਆਨਕ ਬਿਮਾਰੀ ਫੈਲ ਗਈ ਸੀ, ਹੈ ਨਾ, ਸਹਿਮੇ ਹੋਏ ਸਾਂ, ਪਤੀ ਪਤਨੀ ਤੋਂ, ਬੱਚੇ ਮਾਂ ਬਾਪ ਤੋਂ, ਭੈਣ ਭਰਾਵਾਂ ਤੋਂ ਚੀਜ਼ਾਂ ਲਿਆ ਕੇ ਗਰੋਸਰੀ ਦੀਆਂ ਬਾਹਰ ਰੱਖੀਆਂ ਜਾਂਦੀਆਂ ਸੀ, ਅਤੇ ਸੰਸਕਾਰ ਕਰਨ ਤੋਂ ਇਨਸਾਨ ਦੇ ਤੋਂ ਅਸੀਂ ਲੜਾਈਆਂ ਝਗੜੇ ਦੇਖੇ। ਦੇਖੋ ਭਾਈ ਨਿਰਮਲ ਸਿੰਘ ਜੀ ਐਡੇ ਵੱਡੇ ਗਿਆਨੀ, ਇੰਨੇ ਵੱਡੇ ਰਾਗਾਂ ਦੇ ਗਿਆਤਾ, ਉਹਦੇ ਦਾਹ ਸੰਸਕਾਰ 'ਤੇ ਜੋ ਕੁਝ ਜਲੂਸ ਨਿਕਲਿਆ ਸੀ ਉਹ ਵੇਖਣ ਅਤੇ ਸੁਣਨ ਵਾਲਾ ਸੀ। ਮੈਂ ਗੱਲ ਇੱਕ ਕਰਕੇ ਕਹਿਣ ਲੱਗਾ ਕਿ ਅੰਜੂ ਜੀ ਦੇ ਹਸਬੈਂਡ ਫਾਰਮਾਸਿਊਟੀਕਲ ਦੇ ਵਿੱਚ ਕਾਫੀ ਲੰਬਾ ਸਮਾਂ ਉਹਨਾਂ ਨੇ, ਅਤੇ ਇੱਥੇ ਅੱਜ ਕੱਲ੍ਹ ਔਰਗੈਨਿਕ ਸਟੋਰ ਚਲਾਉਂਦੇ ਨੇ, ਅਤੇ ਭਾਅ ਜੀ ਨੂੰ ਪੁੱਛਿਆ ਭਾਅ ਜੀ ਇਹ ਕੀ ਮਤਲਬ ਇਹਦਾ, ਉਹ ਕਹਿੰਦੇ ਵੀ ਅੱਜ ਹੋ ਜੇ ਕੱਲ੍ਹ ਹੋ ਜੇ, ਮੈਂ ਉੱਧਰ ਹੀ ਬੋਲਿਆ ਸੀ, ਇਹ ਸਾਰਿਆਂ ਨੂੰ ਹੀ ਹੋਣਾ ਵਰਲਡ ਦੇ ਵਿੱਚ, ਕਿਤੇ ਨਾ ਕਿਤੇ ਕਈ ਨਾ ਕੋਈ ਕੋਈ ਟਾਵਾਂ ਰਹਿ ਜੇ ਪਤਾ ਕੋਈ ਨਹੀਂ, ਪਰ ਇਹ ਜਿੱਥੇ ਦੁਨੀਆ ਹੈ ਇਹ ਉੱਥੇ ਜਾਣਾ ਹੀ ਜਾਣਾ, ਹਰ ਇੱਕ ਨੂੰ ਹੋਣਾ, ਜਿਵੇਂ ਪਹਿਲਾਂ ਫਲੂ ਆਉਂਦੇ ਆ, ਇੱਕ ਫਲੂ ਹੈ ਇਸ ਵਕਤ, ਇਹਦੀ ਸਾਡੇ ਕੋਲੋਂ ਕਾਟ ਨਹੀਂ ਹੈਗਾ, ਕਾਟ ਆ ਗਿਆ ਲੋਕ ਥੋੜ੍ਹੇ ਬਹੁਤੇ ਮਤਲਬ ਠੀਕ ਵੀ ਹੋਣਗੇ, ਕੁਝ ਚਲਾਈ ਵੀ ਕਰ ਜਾਣਗੇ,
ਪਰ ਇਹ ਦੁਨੀਆ ਦੇ ਵਿੱਚ ਹਰ ਬੰਦੇ ਨੂੰ ਹੋਣਾ, ਸਾਨੂੰ ਵੀ ਹੋ ਗਿਆ, ਇਹਨਾਂ ਨੂੰ ਵੀ ਹੋ ਗਿਆ, ਤੁਹਾਨੂੰ ਵੀ ਹੋ ਗਿਆ, ਕਿਹੜਾ ਬੰਦਾ ਬਚਿਆ ਵਾ ਜਿਹਨੇ ਜਿਹਨੂੰ ਨਹੀਂ ਹੋਇਆ ਹੈ ਨਾ। ਪਰ ਜਿਹਨੂੰ ਪਹਿਲਾਂ ਹੁੰਦਾ ਸੀਗਾ, ਸਭ ਤੋਂ ਪਹਿਲਾਂ ਜਿਵੇਂ ਸਾਡੇ ਇੱਥੇ ਮੈਡਮ ਖਹਿਰਾ ਨੇ ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਹੋ ਗਿਆ। ਮੈਂ ਉਹਨਾਂ ਨੂੰ ਇੰਟਰਵਿਊ ਕੀਤੀ, ਮਤਲਬ ਉਹਨਾਂ ਕੋਲ ਪੁੱਛਿਆ ਕਿ ਤੁਹਾਡਾ ਪ੍ਰਤੀਕਰਮ ਆ, ਕੀ ਇਹਦੇ ਐਕਸ਼ਨ ਨੇ, ਲੱਛਣ ਕੀ ਨੇ, ਕਿਵੇਂ ਤਕਲੀਫ ਹੁੰਦੀ ਆ, ਕੀ ਇਹਦੇ ਮਤਲਬ ਭਾਅ ਨੇ, ਉਹਨਾਂ ਨੇ ਬੜਾ ਦੱਸਿਆ। ਸਾਡੇ ਇੱਥੇ ਇੱਕ ਮਿੱਤਰ ਪਿਆਰੇ ਨੇ ਸਾਡੇ ਡਾਕਟਰ ਸਾਹਿਬ, ਉਹਨਾਂ ਨੇ ਉਹਨਾਂ ਦਾ ਪਰਿਵਾਰ, ਉਹ ਪੱਤਰਕਾਰ ਵੀ ਬੜੇ ਸੋਹਣੇ, ਉਹਨਾਂ ਨੇ ਲਿਖਿਆ ਜਦੋਂ ਸਾਡੇ ਘਰ ਕਰੋਨਾ ਆਇਆ, ਮਤਲਬ ਉਹਨਾਂ ਨੇ ਲੁਕੋਇਆ ਹੀ ਨਹੀਂ, ਉਹਨਾਂ ਨੇ ਜੱਗ ਜਾਹਰ ਕੀਤਾ ਕਿ ਕਿਵੇਂ ਕਰੋਨਾ ਆਇਆ, ਕਿਵੇਂ ਅਸੀਂ ਵਿਚਰੇ। ਇਹ ਸਾਰਿਆਂ ਨੂੰ ਹੋਣਾ, ਇਹਦੇ ਵਿੱਚ ਇਹ ਗੱਲ ਵੱਖਰੀ ਆ ਕਿ ਕਈਆਂ ਨੂੰ, ਕਈਆਂ ਦੀ ਜਾਨਲੇਵਾ ਸਾਬਤ ਹੋ ਜਾਂਦਾ ਤੁਹਾਡੇ ਇਮਿਊਨ। ਹਾਂ, ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਇਮਿਊਨ ਸਿਸਟਮ ਤੁਹਾਡਾ ਕਿੰਨਾ ਸਟਰੋਂਗ ਹੈ, ਕਿੱਦਾਂ ਤੁਸੀਂ ਇਸ ਨੂੰ ਲੈਂਦੇ ਹੋ, ਉਹ 'ਤੇ ਮਤਲਬ ਅਸਰ ਕਰਦਾ। ਹਾਂਜੀ ਪਲੀਜ਼। ਹਾਂ, ਫਿਰ ਇਹਨੇ ਨਾ ਜੀ ਜਿਹੜਾ ਉਹ ਜਦੋਂ ਇਹਨੇ ਬਿਆਨ ਦਿੱਤਾ, ਕਹਿੰਦੇ ਵੀ ਇਹ ਦੇਖੋ ਜੀ, ਕਹਿੰਦੇ ਵੀ ਜੋ ਬਾਈਡਨ ਨੇ ਜਾਂ ਅਸੀਂ ਵੈਕਸੀਨ ਤੇ ਕਰੋਨਾ ਫੇਰ ਹੋ ਗਿਆ, ਕਰੋਨਾ ਤਾਂ ਜਿਹੜਾ ਕੋਈ ਵੈਕਸੀਨ ਕੰਮ ਨਹੀਂ ਕਰਦੀ, ਇਹ ਸਭ ਫਰਾਡ ਹੈਗਾ ਵੈਕਸੀਨ, ਤੇ ਐਲੋਪੈਥੀ ਫਰਾਡ ਆ, ਕਹਿੰਦਾ ਉਹਨੇ ਬਿਆਨ ਦਿੱਤਾ ਸੀ। ਡਾਕਟਰਾਂ ਨੇ ਇਕੱਠੇ ਹੋ ਕੇ ਮਾਨਯੋਗ ਅਦਾਲਤ ਵਿੱਚ ਇਹਦੇ ਖਿਲਾਫ਼ ਕੇਸ ਕੀਤਾ ਸੀਗਾ, ਤੇ ਫਿਰ ਅਦਾਲਤ ਤੇ ਹਾਈ ਕੋਰਟ ਦੇ, ਦਿੱਲੀ ਹਾਈ ਕੋਰਟ ਦੇ ਜਸ ਅਨੂਪ ਜੈ ਰਾਮ ਅਬਾਨੀ ਨੇ ਕਿਹਾ ਕਿ ਮਤਲਬ ਕਿ ਤੁਸੀਂ ਇੰਨੀ ਬੇਵਕੂਫਾਨਾ ਬਿਆਨ ਦੇ ਸਕਦੇ ਹੋ, ਇਹ ਪਦਤੀ ਬਹੁਤ ਸ਼ਾਨਦਾਰ ਆ ਆਯੁਰਵੈਦਿਕ, ਤੁਸੀਂ ਇਸ ਪਦਤੀ ਨੂੰ ਇਸ ਤਰ੍ਹਾਂ ਕਰਕੇ ਬਦਨਾਮ ਨਹੀਂ ਕਰ ਸਕਦੇ ਵੀ ਤੁਸੀਂ ਦੂਜੀ ਪਦਤੀ ਨੂੰ ਡੈਮੇਜ ਕਰਕੇ ਤੇ ਆਪਣੀ ਪਦਤੀ ਚਲਾਉਣਾ ਚਾਹੁੰਦੇ ਹੋ, ਇਹਦਾ ਮਤਲਬ ਤੁਸੀਂ ਆਪਣੀ ਪਦਤੀ ਨੂੰ ਚਲਾ ਕੇ ਲੋਕਾਂ ਵਿੱਚ ਇਹਨੂੰ ਡੈਮੇਜ ਕਰ ਰਹੇ ਹੋ। ਤੁਹਾਡੇ ਬਹੁਤ ਸਾਰੇ ਸ਼ਰਧਾਲੂ ਹੋਣਗੇ, ਵਧੀਆ ਗੱਲ ਆ, ਹੋਣਗੇ ਜਿਹੜੇ ਤੁਹਾਡੀ ਪਦਤੀ ਨੂੰ ਮੰਨਦੇ ਹੋਣਗੇ, ਪਰ ਐਲੋਪੈਥੀ ਕਿਹੋ ਜਿਹੀ ਦਵਾਈ, ਉਹ ਦਵਾ ਹੈਗੀ ਹੈ, ਕਿਹੋ ਜਿਹੀ ਪਦਤੀ ਹੈਗੀ ਆ ਜਿਹੜੀ ਕਿ ਬੰਦੇ ਨੂੰ ਰਾਹਤ ਇਹਦੇ ਮੌਕੇ ਤੇ ਆ ਜਾਂਦੀ ਹੈ, ਬੰਦੇ ਨੂੰ ਬਚਾਉਂਦੀ ਆ। ਤੁਸੀਂ ਇਸ ਨੂੰ ਇਸ ਤਰੀਕੇ ਨਾਲ ਕਹੋਗੇ ਭੰਡਾਉਣ ਕੇ ਐਲੋਪੈਥੀ ਹੈ, ਖਰਾਬ ਕਰਦੀ ਹੈ। ਐਲੋਪੈਥੀ ਦੇ ਸੰਬੰਧ ਵਿੱਚ ਨਰਵੀ ਚਾਵਲਾ ਸਾਹਿਬ ਉਹਨਾਂ ਨੇ ਇਹਨਾਂ ਦੇ ਉੱਪਰ ਕਾਫੀ ਫਟਕਾਰ ਲਗਾਈ ਆ ਮਾਨਯੋਗ ਦਿੱਲੀ ਹਾਈ ਕੋਰਟ ਨੇ, ਤੇ ਅਗਲੀ ਪੇਸ਼ੀ ਵੀ ਪਾ ਦਿੱਤੀ ਉਹਨਾਂ ਨੇ, ਉਹ ਅਗਲੀ ਪੇਸ਼ੀ ਤਾਂ ਉਹਨੂੰ ਪੇਸ਼ ਹੋਣ ਵਾਸਤੇ ਪਿਆ ਜੀ, ਭਰਾਵਾ ਦਿੱਤੇ ਹੁਣ ਪੇਸ਼ ਨਹੀਂ ਸੀਗੇ, ਮੌਕੇ ਤੇ ਆ ਜਾਂਦੇ ਜੀ ਬਈਆ, ਤੇ ਹੁਣ ਹੋਰ ਪੇਸ਼ ਹੋਣ ਵਾਸਤੇ ਪਿਆ ਚਾਵਲਾ ਸਾਹਿਬ। ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਕਾਂਗਰਸ ਨੇ ਸਵਾਲ ਖੜੇ ਕੀਤੇ ਨੇ, ਕਿਸਮ ਦਾ ਸਿੱਧਾ ਐਲੀਗੇਸ਼ਨ ਹੀ ਹੈ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਭਾ ਸੱਚ ਨਾ, ਹੈਲੀਕਾਪਟਰ ਦੇਖਿਆ ਗਿਆ, ਦੁਸ਼ਯੰਤ ਚੌਟਾਲਾ ਵਰਤ ਰਹੇ ਨੇ, ਤੇ ਉਹ ਕਾਂਗਰਸ, ਪੰਜਾਬ ਕਾਂਗਰਸ ਨੇ ਬੜੇ ਵੱਡੇ ਸਵਾਲ ਖੜੇ ਕੀਤੇ ਆ, ਪੰਜਾਬ ਕਾਂਗਰਸ ਨੇ ਨਹੀਂ ਸਗੋਂ ਹਰਿਆਣੇ ਦੀ ਕਾਂਗਰਸ ਨੇ ਸਵਾਲ ਖੜੇ ਕੀਤੇ ਆ ਕਿ ਪੰਜਾਬ ਅਤੇ ਹਰਿਆਣੇ ਦੀ ਆਪਸ, ਭਾਜਪਾ ਤੇ ਆਮ ਆਦਮੀ ਪਾਰਟੀ ਦੀ ਆਪਸ ਸੰਧੀ ਬਣ ਚੁੱਕੀ ਹੈ, ਜਾਂ ਕਹਿ ਲਓ ਵੀ ਤੁਸੀਂ ਜਿਹੜਾ ਕਿ ਜਨ ਨਾਇਕ ਜਨਤਾ ਪਾਰਟੀ ਹੈਗੀ ਆ ਚੌਟਾਲਾ ਦੀ, ਉਹਦੇ ਨਾਲ ਸੰਧੀ ਬਣ ਚੁੱਕੀ ਤੁਹਾਡੀ, ਤੁਸੀਂ ਆਪਣਾ ਹੈਲੀਕਾਪਟਰ ਕਿੱਦਾਂ ਦੇ ਸਕਦੇ ਹੋ ਦੂਜੇ ਉਪ ਮੁੱਖ ਮੰਤਰੀ ਨੂੰ, ਦੂਜੇ ਰਾਜ ਦੇ, ਤੁਸੀਂ ਕਿੱਦਾਂ ਕਰ ਸਕਦੇ ਹੋ? ਇਹ ਬਹੁਤ, ਅੱਜ ਤੱਕ ਇੱਦਾਂ ਰਿਕਾਰਡ ਨਹੀਂ ਆਇਆ ਕਦੇ, ਤੁਸੀਂ ਕਿਉਂ ਦੇ ਰਹੇ ਹੋ? ਤਾਂ ਇਸ ਸੰਦਰਭ ਵਿੱਚ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨੇ ਵੀ ਕੋਈ ਵੀ ਗੱਲ ਕਰਨ ਤੋਂ ਤਾਂ ਇਨਕਾਰ ਕਰਤਾ, ਬੋਲੇ ਹੀ ਨਹੀਂ, ਚੁੱਪੀ ਕਰ ਗਏ ਆ, ਮਾਨ ਸਾਹਿਬ ਵੀ ਚੁੱਪ ਕਰ ਗਏ ਆ, ਪਰ ਦੁਸ਼ਯੰਤ ਚੌਟਾਲਾ ਬੋਲਿਆ, ਉਹ ਕਹਿੰਦਾ ਜੀ ਇੱਦਾਂ ਸਾਡਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ, ਅਸੀਂ ਵੀ ਹੈਲੀਕਾਪਟਰ ਦੇ ਦਿੰਦੇ ਹਾਂ ਉਹਨਾਂ ਦੇ ਮੁੱਖ ਮੰਤਰੀ ਨੂੰ, ਉਹ ਸਾਨੂੰ ਵੀ ਦੇ ਦਿੰਦੇ ਆ, ਜਦੋਂ ਸਾਨੂੰ ਲੋੜ ਅਸੀਂ ਲੈ ਲੈਂਦੇ ਹਾਂ, ਇਹ ਤਾਂ ਗਿਵ ਐਂਡ ਟੇਕ ਆ, ਕਹਿੰਦਾ ਅਸੀਂ ਲੈ ਲੈਂਦੇ ਹਾਂ, ਉਹ ਵੀ ਤਾਂ ਸਾਡਾ ਲੈ ਜਾਂਦੇ ਆ, ਕਹਿੰਦਾ ਜੀ ਗਲਤੀ ਕੀ ਆ, ਮਾੜਾ ਕੀ ਆ ਇਹਦੇ ਵਿੱਚ? ਪਰ ਜਦੋਂ ਮਨਕਲਾਲ ਗੋਇਲ ਨੇ ਇਹਦੇ ਸੰਬੰਧ ਵਿੱਚ ਆਰ ਟੀ ਆਈ ਪਾ ਕੇ ਪੁੱਛਿਆ ਗਿਆ ਤਾਂ ਉਹ ਉਸਦੀ ਜਵਾਬ ਦਿੱਤਾ ਗਿਆ, ਤੇ ਮਾਨ ਸਾਹਿਬ ਨੇ ਉੱਥੇ ਆ ਕੇ ਗੱਲ ਆਖੀ ਆਰ ਟੀ ਆਈ ਬਾਰੇ, ਕਹਿੰਦੇ ਵੀ ਕੁੱਝ ਗੱਲਾਂ ਸਾਡੀਆਂ ਗੁਪਤ ਹੁੰਦੀਆਂ ਨੇ, ਅਸੀਂ ਉਹ ਗੱਲਾਂ ਨਹੀਂ ਆਰ ਟੀ ਆਈ ਦੇ ਸਕਦੇ, ਜਦਕਿ ਪਹਿਲਾਂ ਭਗਵੰਤ ਮਾਨ ਉਸ ਹੈਲੀਕਾਪਟਰ ਨੂੰ ਘੁਮਾਉਣ ਬਾਰੇ ਬੜੇ ਚਰਚਾ ਕਰਦੇ ਜੀ। ਆਰ ਟੀ ਆਈ ਰਾਹੀਂ ਸਵਾਲ ਪੁੱਛਣ ਦਾ ਮੁੱਢ ਇਹਨਾਂ ਨੂੰ ਪੁੱਛੋ ਕਿ ਜੇ ਹਿਮਾਚਲ ਚ ਗਏ ਨੇ, ਇਹ ਭਗਵੰਤ ਮਾਨ ਉਹਨਾਂ ਨੂੰ 75ਵੀਂ ਹੈ ਥਾਪੀ ਮਾਰ ਹੱਥ ਮਾਰ ਕੇ, ਉੱਥੇ ਨਾਲ ਪੁੱਛ ਲੈਣ ਕਿ ਆ ਆਰ ਟੀ ਆਈ ਵਾਲਾ ਪੰਗਾ ਕਿਉਂ ਪਾਇਆ ਤੁਸੀਂ, ਲੋਕ ਸਾਨੂੰ ਆਰ ਟੀ ਦਾ ਹੀ ਸਵਾਲ ਪੁੱਛਦੇ। ਸਵਾਲ ਤਾਂ ਮੁੱਢ ਤਾਂ ਇਹਨਾਂ ਨੇ ਬੰਨਿਆ ਸੀ, ਸਟਿੰਗ ਓਪਰੇਸ਼ਨ ਵਾਲਾ ਮੁੱਢ ਤੇ ਇਹਨਾਂ ਨੇ ਬੰਨਿਆ, ਜਿੱਥੋਂ ਸਾਰੇ ਮਰੀਦ ਹੋਏ ਸੀ ਇਹਨਾਂ ਦੇ ਵੀ ਚੰਗਾ ਕੰਮ ਕਰ ਰਹੇ ਨੇ। ਹਾਂਜੀ, ਪਰ ਇਹਨਾਂ ਨੇ ਸੀ ਪਤਾ ਕਿ ਝੂਠ ਬੋਲਣਗੇ, ਝੂਠ ਤੇ ਝੂਠ ਬੋਲੀ ਜਾਣਗੇ, ਝੂਠ ਤੇ ਝੂਠ ਬੋਲੀ ਜਾਣਗੇ, ਹੁਣ ਪੈਰ ਥੱਲੇ ਬਟੇਰਾ ਆ ਗਿਆ, ਕਈਆਂ ਨੂੰ ਦੁੱਖ ਲੱਗਣਾ ਇਹ ਗੱਲ ਦਾ, ਪਰ ਝੂਠ ਬੋਲਣ ਵਾਲੇ ਨਾਲ ਅੱਜ ਵੀ ਸਾਵਧਾਨ ਹੋ ਕੇ ਚੱਲੋ ਅਤੇ ਕੱਲ੍ਹ ਵੀ ਸਾਵਧਾਨ ਹੋ ਕੇ ਚੱਲੋ। ਅੱਛਾ, ਇੱਕ ਹੋਰ ਆ, ਆਖਰੀ ਵਾਈਂਡ ਅਪ ਕਰਾਂਗੇ, ਬੜਾ ਅਹਿਮ ਹੈ, ਮੋੜਾ ਕੱਟ ਰਿਹਾ ਹੈ, ਪਹਿਲਾਂ ਵੀ ਉਂਗਲਾਂ ਉੱਠੀਆਂ ਸੀ
ਮੂਸੇਵਾਲਾ ਕਾਂਡ, ਸਿੱਧੂ ਮੂਸੇਵਾਲਾ ਨੌਜਵਾਨ ਜਿਹੜਾ ਹੈ ਉਹਦੇ ਚਸ਼ਮਦੀਦ ਸਾਬਕਾ ਫੌਜੀ ਨੇ ਸਵਾਲ ਕੀਤੇ ਨੇ ਕਿੰਨਾ ਚਿਰ ਕਹਿੰਦੇ ਗੱਡੀ ਨਹੀਂ ਖੋਲੀ, ਥਾਰ ਦੇ ਦਰਵਾਜ਼ੇ ਨਹੀਂ ਖੋਲੇ, ਕਿੰਨੇ ਮਿੰਟ ਪਰ ਲਿਖਿਆ ਉਹਨਾਂ ਨੇ ਕੀ 22 ਮਿੰਟ ਹਨਾ, ਹਾਂ 22 ਮਿੰਟ ਲਿਖਿਆ, ਦੋਸਤਾਂ ਤੇ ਵੀ ਕਈ ਇਲਜ਼ਾਮ ਲੱਗੇ ਨੇ। 5 ਮਿੰਟ ਗੱਲ ਕਰਦੇ ਰਹੇ ਦੋਸਤ ਕਿਸੇ ਨਾਲ, ਉਹ ਕਿਹਦੇ ਨਾਲ ਗੱਲ ਕੀਤੀ ਉਹਨਾਂ ਨੇ, ਇਹ ਪੁੱਛ ਰਹੇ ਨੇ ਉਹ 5 ਮਿੰਟ ਫੋਨ ਤੇ ਗੱਲ ਕਰਦੇ, ਉਹਦੇ ਪੈਰ 'ਚ ਗੋਲੀ ਕਿੱਦਾਂ ਲੱਗ ਗਈ ਦੋਸਤ ਦੇ, ਉਹਦੇ ਕਹਿੰਦੇ ਪੈਰਾਂ ਦੇ ਵਿੱਚ ਗੋਲੀ ਲੱਗਣ ਦਾ ਵੀ ਕੋਈ ਕੀ ਮਤਲਬ ਹੁੰਦਾ, ਗੋਲੀ ਤਾਂ ਸਿੱਧੀਆਂ ਵੱਜੀਆਂ ਨੇ ਉੱਪਰੋਂ ਮਾਰੀਆਂ ਨੇ, ਪੈਰ 'ਚ ਕਿਵੇਂ ਗੋਲੀ ਆ ਗਈ, ਉਹ ਬਚ ਕੇ ਕਿੱਦਾਂ ਗਏ, ਤੇ ਫਿਰ ਗੱਡੀ ਖੋਲੀ ਕਿਉਂ ਨੀ ਥਾਰ ਉਹਨਾਂ ਨੇ, ਖੁੱਲੀ ਬੰਦੇ ਕਿਉਂ ਰੱਖਿਆ ਅੰਦਰ ਉਹਨੇ ਗੱਡੀ ਨੂੰ, ਖੋਲੀ ਕਿਉਂ ਨੀ ਗੱਡੀ, ਕਈ ਸਾਰੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਪੁਲਿਸ ਨੂੰ, ਜੇ ਪੁਲਿਸ ਮੌਕੇ ਤੇ ਨਾਕਾ ਲਾ ਲੈਂਦੀ ਆ ਕੇ ਤਾਂ ਸਿੱਧੂ ਮੂਸੇਵਾਲੇ ਨੇ ਬਚ ਜਾਣਾ ਸੀ, ਤੇ ਪੁਲਿਸ ਦੇ ਮਤਲਬ ਕਿ ਇੰਨਾ ਲੰਮਾ ਸਮਾਂ ਪੁਲਿਸ ਦਾ ਦੂਰ ਰਹਿਣਾ, ਜਦਕਿ ਯਕਦਮ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਆ, ਦੂਰ ਰਹਿਣਾ ਤੇ ਉਹਨਾਂ ਨੂੰ ਕਾਤਲਾਂ ਨੂੰ ਪੁਲਿਸ ਨੇ ਟਾਈਮ ਦਿੱਤਾ ਕਿ ਤੁਸੀਂ ਭੱਜੋ ਇੱਥੋਂ, ਇਹੋ ਜਿਹੇ ਇਲਜ਼ਾਮ ਲਾਏ ਨੇ ਚਾਵਲਾ ਸਾਹਿਬ, ਤੁਸੀਂ ਸਰ ਪੜ੍ਹੇ ਹੋਣਗੇ, ਤੇ ਇਹ ਬਾਕੀ ਸੱਚੀ ਮੁੱਚੀ ਇਲਜ਼ਾਮ ਵਾਲੀ ਗੱਲ ਹੀ ਹੈਗੀ ਆ। ਬਾਕੀ ਦੂਜੀ ਗੱਲ ਇਹ ਆ ਕਿ ਹੁਣ ਜਿਹੜੇ ਹੈਗੇ ਨੇ ਨਾ ਜੀ ਆਪਣਾ ਲਾਰੈਂਸ ਵਾਲੇ ਬੰਦੇ ਛੱਡ ਨਹੀਂ ਰਹੇ, ਇਹਨਾਂ ਨੇ ਫਿਰ ਕੇਡੀ ਭਨਾਰ ਤੋਂ ਬਾਅਦ ਮੌਜੂਦਾ ਵਿਧਾਇਕ ਸ਼੍ਰੀ ਰੰਗਰਾਲ ਨੂੰ ਜਲੰਧਰ ਦੇ ਨੂੰ ਧਮਕੀ ਦੇ ਦਿੱਤੀ ਆ, ਪੈਸੇ ਦੇ, ਮੈਂ ਲਾਰੈਂਸ ਕਸੂਬੇ ਦਾ ਬੰਦਾ ਬੋਲਦਾ, ਨਹੀਂ ਤੈਨੂੰ ਅਸੀਂ ਮਾਰ ਦਿਆਂਗੇ, ਹਜੇ ਵੀ ਨਹੀਂ ਹਟ ਰਹੇ ਜੀ ਚਾਵਲਾ ਸਾਹਿਬ। ਯੂਪੀ ਦੇ ਖਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਸੰਬੰਧੀ ਕਈ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਪੜੀਆਂ ਨੇ, ਸੰਬੰਧੀ ਕਈ ਕਈਆਂ ਤੇ ਹੁਣ ਕਾਰਵਾਈ ਹੋਣ ਦੀ ਖਬਰ ਵੀ ਚੱਲਦੀ ਪਈ ਹੈ। ਰੋਪੜ ਜੇਲ੍ਹ ਕਹਿੰਦੇ ਵੀ ਉੱਥੇ ਉਹਦੀ, ਹਾਂ ਉੱਥੇ ਕਹਿੰਦੇ ਜਿਹੜੇ ਉਹਦੇ ਉਹਦੇ ਸੀ ਨਾ ਜੀ ਆਪਣਾ ਜੇਲ੍ਹ ਦੇ ਵਿੱਚ ਬਾਹਰ ਕੁਆਟਰ ਹੁੰਦੇ ਆ ਅਫਸਰਾਂ ਦੇ, ਕੁਆਟਰ 'ਚ ਰਹਿੰਦਾ ਰਿਹਾ ਕਹਿੰਦੇ ਉਹ, ਹਰਜੋਤ ਬੈਂਸ ਨੇ ਪੜਤਾਲ ਕੀਤੀ ਹੈ ਨਾ ਜੀ, ਤੇ ਉਹ ਉੱਥੇ ਕੁਆਟਰ 'ਚ ਰਹਿੰਦਾ ਰਿਹਾ ਤੇ ਉੱਥੇ ਉਹਦੀ ਘਰਵਾਲੀ ਵੀ ਆਉਂਦੀ ਸੀਗੀ, ਤੇ ਉਦੋਂ VIP ਟ੍ਰੀਟਮੈਂਟ ਸੀਗਾ, ਮਤਲਬ ਕਿ ਉਹਦੇ ਆਪਣਾ 43 ਇੰਚ LED ਲੱਗੀ ਸੀਗੀ, ਤੇ ਕਾਫੀ ਕੁਛ ਇਹਨੇ ਹਰਜੋਤ ਬੈਂਸ ਨੇ ਖੋਜ ਕੇ ਪੂਰੀ ਰਿਪੋਰਟ CM ਨੂੰ ਸੌਂਪ ਦਿੱਤੀ ਆ। ਇਹਦੇ ਵਿੱਚ ਪੰਜਾਬ ਅਤੇ ਕੁਝ ਹੋਰਲੇ ਸੂਬਿਆਂ ਦੇ ਵੱਡੇ ਲੀਡਰਾਂ ਤੇ IAS IPS ਦੇ ਉੱਪਰ ਦਾਜ ਗਿਰ ਸਕਦੇ ਚੱਲ। ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।